ਇਹ ਪਰਿਵਾਰ ਵਿੱਚ ਅੱਜ ਖੁਸ਼ੀ ਦੀ ਲਹਿਰ ਆ ਅਤੇ ਕਿ ਇੰਨਾ ਕੁ ਮਾਣ ਸਨਮਾਨ ਦਿੱਤਾ ਗਿਆ ਜਿਹੜੇ ਕਿ ਸਾਡੇ NRI ਵੀਰ ਨੇ ਭਾਈ ਸੰਦੀਪ ਸਿੰਘ ਜਿਹੜੇ ਕਿ ਕੁਸ਼ਤੀ ਕਰਦੇ ਨੇ ਪਿੰਡ ਮਹਿਮਾ ਦਰਿਆ ਵਾਲੇ ਨੇ। ਤੁਸੀਂ ਦੇਖਿਆ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ। ਅਸੀਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਵਿਦੇਸ਼ ਦੀ ਧਰਤੀ ਰਹਿ ਕੇ ਵੀ ਆਪਣੀ ਪੰਜਾਬ ਅਤੇ ਆਪਣੀ ਪੰਜਾਬੀ ਨਾਲ ਪਿਆਰ ਕਰਦੇ ਨੇ। ਇਹ ਸਮੁੱਚੀ ਕਵੀਸ਼ਰੀ ਕਲਾ ਦਾ ਜਿਹੜਾ ਸਤਿਕਾਰ ਹੋ ਰਿਹਾ ਅਤੇ ਇਸੋ ਜੇ ਜਦੋਂ ਸਨਮਾਨ ਹੋਣਗੇ ਅਤੇ ਫਿਰ ਹੋਰ ਵੀ ਬੱਚੇ ਜਿਹੜੇ ਨੇ ਉਹ ਵੱਧ ਚੜ੍ਹ ਕੇ ਇਸ ਕਵੀਸ਼ਰੀ ਕਲਾ ਵਾਲੇ ਪਾਸੇ ਨੂੰ ਆਉਣਗੇ। ਮੈਨੂੰ ਲਗਭਗ 6 ਕੁ ਸਾਲ ਦਾ ਸਮਾਂ ਹੋਇਆ ਕਵੀਸ਼ਰੀ ਕਲਾ ਦੇ ਖੇਤਰ ਵਿੱਚ ਆਇਆ। ਮਾਣ ਸਨਮਾਨ ਸੰਗਤ ਨੇ ਬਹੁਤ ਦਿੱਤੇ ਨੇ ਪਰ ਇਸੇ ਹੀ ਚੱਲ ਰਹੇ ਸਾਲ 2024 ਦੇ ਵਿੱਚ ਇਹ ਤੀਸਰਾ ਵੱਡਾ ਸਨਮਾਨ ਗੁਰੂ ਕੀ ਸੰਗਤ ਵੱਲੋਂ ਦਸਰਿਆਂ ਦੀ ਝੋਲੀ ਪਾਇਆ ਗਿਆ। ਅੱਜ ਸ਼ੋਰ ਸ਼ਰਾਬੇ ਦਾ ਸਮਾਂ ਹੈ। ਮਿਊਜ਼ਿਕ ਤੋਂ ਬਿਨਾਂ ਕੋਈ ਵੀ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰਦਾ। ਇੱਕ ਕਵੀਸ਼ਰੀ ਕਲਾ ਇਹੋ ਜਿਹੀ ਹੈ ਜਿਹਦੇ ਵਿੱਚ ਕੋਈ ਵੀ ਸਾਜ਼ ਨਹੀਂ ਹੁੰਦਾ। ਬੋਲਣ ਵਾਲਾ ਆਪਣੇ ਲਫਜ਼ਾਂ ਦੇ ਨਾਲ ਅਤੇ ਗਾਉਣ ਵਾਲੇ ਸਾਥੀ ਜਿਹੜੇ ਉਹ ਆਪਣੇ ਕੰਠ ਦੇ ਨਾਲ ਹੀ ਸਰੋਤਿਆਂ ਨੂੰ ਕੀਲ ਕੇ ਬਿਠਾਉਂਦੇ ਨੇ। ਸਾਨੂੰ ਇਹ ਸੁਣਨ ਨੂੰ ਬਹੁਤ ਮਿਲਦਾ ਵੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਾਠੀ ਸਿੰਘ ਗ੍ਰੰਥੀ ਸਿੰਘ ਨਹੀਂ ਲੱਭਣੇ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਸਾਡੇ ਬੱਚੇ ਪੰਜਾਬੀ ਪੜ੍ਹਨੋਂ ਹੀ ਹਟਦੇ ਜਾ ਰਹੇ। ਜਿਹਨੂੰ ਪੰਜਾਬੀ ਨਹੀਂ ਪੜ੍ਹਨੀ ਆਵੇਗੀ ਉਹ ਕਦੇ ਗੁਰਬਾਣੀ ਨਹੀਂ ਪੜ੍ਹ ਸਕਦਾ ਅਤੇ ਜਿਹੜਾ ਗੁਰਬਾਣੀ ਨਹੀਂ ਪੜ੍ਹ ਸਕਦਾ ਉਹ ਗ੍ਰੰਥੀ ਬਣਨਾ ਤਾਂ ਬੜੀ ਦੂਰ ਦੀ ਗੱਲ ਹੈ। ਜੀ ਅਸੀਂ ਦੇਖਿਆ ਵੀ ਸਾਰੇ ਗੁਰੂ ਦੇ ਜਿਹੜੇ ਵਜ਼ੀਰ ਨੇ ਸਿਰਫ ਨਾਂ ਦੇ ਵਜ਼ੀਰ ਹੈਗੇ ਨੇ, ਬਹੁਤਾ ਮਾਣ ਸਨਮਾਨ ਨਹੀਂ ਕੀਤਾ ਜਾਂਦਾ। ਅਸੀਂ ਦੇਖਿਆ ਘਰ ਦੇ ਹਾਲਾਤ ਇੰਨੇ ਕੁ ਨਾਜ਼ੁਕ ਨੇ, ਇੱਕ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦੇ ਨੇ ਅਤੇ ਛੱਤਾਂ ਵੀ ਜਿਹੜੀਆਂ ਟੁੱਟੀਆਂ ਨੇ ਪਤਾ ਨਹੀਂ ਕਿਹੜੇ ਵੇਲੇ ਛੱਤ ਜਿਹੜੀ ਡਿੱਗ ਸਕਦੀ ਆ। ਇੰਨੇ ਮਾੜੇ ਹਾਲਾਤ ਨੇ, ਸਿਰਫ ਨਾਂ ਦੇ ਵਜ਼ੀਰ ਬਣ ਕੇ ਰਹਿ ਗਏ ਨੇ। ਜਿੰਨਾ ਵੀ ਸੰਸਾਰ ਹੈ ਕਿਤੇ ਕੋਈ ਮੁਸੀਬਤ ਬਣੀ ਤਾਂ ਸਭ ਤੋਂ ਪਹਿਲਾਂ ਉੱਥੇ ਸਿੱਖ ਕੌਮ ਪਹੁੰਚਦੀ ਹੈ। ਸ਼ਾਇਦ ਸਰਕਾਰਾਂ ਫੇਲ ਹੋ ਜਾਂਦੀਆਂ ਕਈ ਜਗ੍ਹਾ 'ਤੇ ਪਹੁੰਚਣ ਤੋਂ ਪਰ ਸਿੱਖ ਕੌਮ ਪਹੁੰਚਣ ਤੋਂ ਕਦੇ ਪਿੱਛੇ ਨਹੀਂ ਹਟੀ। ਅਤੇ ਜੇ ਅਸੀਂ ਆਪਣੇ ਗ੍ਰੰਥੀ ਸਿੰਘਾਂ ਨੂੰ ਨਹੀਂ ਸੰਭਾਲ ਸਕੇ ਤਾਂ ਫਿਰ ਸਾਨੂੰ ਆਲਾ ਦੁਆਲਾ ਸਾਂਭਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜੇ ਕਿਸੇ ਕੋਲ ਪੁੱਤਰ ਨਹੀਂ ਹੈ ਜਾਂ ਕਿਸੇ ਨੇ ਵਿਦੇਸ਼ ਜਾਣ ਦੀ ਅਰਦਾਸ ਕਰਵਾਉਣੀ ਹੈ ਉਦੋਂ ਤਾਂ ਅਸੀਂ ਜਾਂਦੇ ਹਾਂ ਗੁਰੂ ਕੇ ਵਜ਼ੀਰ ਦੇ ਕੋਲ ਵੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰ ਦਿਓ। ਅਤੇ ਜਦੋਂ ਵੀਜ਼ਾ ਆ ਜਾਵੇ ਜਾਂ ਘਰ ਵਿੱਚ ਪੁੱਤਰ ਆ ਜਾਵੇ ਅਤੇ ਪਾਰਟੀ ਕਰਨ ਵਾਸਤੇ ਅਸੀਂ ਪੱਬਾਂ ਕਲੱਬਾਂ ਵਾਲੇ ਪਾਸੇ ਚਲੇ ਜਾਂਦੇ ਹਾਂ। ਅਤੇ ਗੁਰੂ ਕੇ ਵਜ਼ੀਰਾਂ ਨੂੰ ਮੇਰੀ ਬੇਨਤੀ ਇਹ ਆ ਵੀ ਜਿੱਥੇ ਕਦਰ ਨਹੀਂ ਹੈ ਉੱਥੇ ਡਿਊਟੀ ਕਰਨੀ ਬੰਦ ਕਰ ਦਿਓ। ਆਪੇ ਜਦੋਂ ਡਿਊਟੀ ਨਾ ਕੋਈ ਕਰੇਗਾ ਜਾਂ ਤਾਂ ਫਿਰ ਗੁਰਦੁਆਰਾ ਸਾਹਿਬ ਨੂੰ ਜਿੰਦਰਾ ਲਾ ਦੇਣਗੇ ਜਾਂ ਫਿਰ ਜਿਹਨੂੰ ਵੀ ਲੈ ਕੇ ਆਉਣਗੇ ਉਹਦਾ ਘੱਟੋ ਘੱਟ ਮਾਣ ਸਨਮਾਨ ਤਾਂ ਕਰਨਾ ਪਵੇਗਾ ਪ੍ਰਬੰਧਕ ਕਮੇਟੀਆਂ ਨੂੰ ਜਾਂ ਨਗਰਾਂ ਨੂੰ। ਜਦੋਂ ਅਸੀਂ 1500-2000 ਦੇ ਵਿੱਚ ਡਿਊਟੀ ਕਰਨ ਵਾਸਤੇ ਆਪ ਤਿਆਰ ਹੋ ਜਾਂਦੇ ਹਾਂ ਅਤੇ ਫਿਰ ਪ੍ਰਬੰਧਕ ਵੀ ਸੋਚਦੇ ਵੀ ਚਲੋ ਕੰਮ ਚੱਲ ਹੀ ਰਿਹਾ। ਗੁਰੂ ਘਰ ਦਾ ਕਦੇ ਕੰਮ ਚੱਲ ਰਿਹਾ ਨਹੀਂ ਸੋਚਣਾ ਚਾਹੀਦਾ। ਇੱਥੇ ਤਾਂ ਸੇਵਾ ਜਿੰਨੀ ਵੀ ਕਰ ਸਕੀਏ ਉਨੀ ਥੋੜ੍ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ TV। ਤਸਵੀਰਾਂ ਤੁਹਾਨੂੰ ਵਿਖਾਵਾਂਗੇ ਹਲਕਾ ਟਾਰੀ ਦੇ ਪਿੰਡ ਮਹਿਮਾ ਦੀਆਂ, ਜਿਹੜੀ ਕਿ ਖੂਬਸੂਰਤ ਤਸਵੀਰਾਂ ਨੇ। ਤੁਸੀਂ ਤਸਵੀਰ ਵਿੱਚ ਵੇਖ ਸਕਦੇ ਹੋ ਇਹ ਪਰਿਵਾਰ ਵਿੱਚ ਅੱਜ ਖੁਸ਼ੀ ਦੀ ਲਹਿਰ ਆ।
ਅਤੇ ਕਿ ਇੰਨਾ ਕੁ ਮਾਨ ਸਨਮਾਨ ਦਿੱਤਾ ਗਿਆ ਜਿਹੜੇ ਕਿ ਸਾਡੇ NRI ਵੀਰ ਨੇ ਭਾਈ ਸੰਦੀਪ ਸਿੰਘ ਜਿਹੜੇ ਕਿ ਕੁਸ਼ਤੀ ਕਰਦੇ ਨੇ ਪਿੰਡ ਮਹਿਮਾਂ ਦਰਿਆ ਵਾਲੇ ਨੇ। ਤੁਸੀਂ ਦੇਖਿਆ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ। ਅਸੀਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਵਿਦੇਸ਼ ਦੀ ਧਰਤੀ ਰਹਿ ਕੇ ਵੀ ਆਪਣੀ ਪੰਜਾਬ ਅਤੇ ਆਪਣੀ ਪੰਜਾਬੀ ਨਾਲ ਪਿਆਰ ਕਰਦੇ ਨੇ। ਭਾਈ ਸੰਦੀਪ ਸਿੰਘ ਸਾਡੇ ਨਾਲ ਗੱਲਬਾਤ ਕਰਾਂਗੇ। ਭਾਈ ਸੰਦੀਪ ਜੀ, ਸਭ ਤੋਂ ਪਹਿਲਾਂ ਵਧਾਈ ਦੇ ਤੁਸੀਂ ਪਾਤਰ ਜੇ, ਤੁਹਾਨੂੰ ਸਨਮਾਨਿਤ ਕੀਤਾ ਗਿਆ ਵੀਰਾਂ ਵੱਲੋਂ ਜਿਹੜੇ ਕਿ ਕਤਰ 'ਚ ਬੈਠੇ ਨੇ, UK ਜਾਂ ਕੈਨੇਡਾ 'ਚ ਬੈਠੇ ਨੇ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰਾਂ ਦਾ, ਅਕਾਲ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ, ਗੁਰੂ ਕੀ ਸੰਗਤ ਦਾ ਧੰਨਵਾਦ ਹੈ। ਅਤੇ ਉਹਨਾਂ ਵੀਰਾਂ ਦਾ, ਵੀਰ ਜਗਰੂਪ ਸਿੰਘ ਜੋ ਇੰਗਲੈਂਡ ਦੀ ਧਰਤੀ 'ਤੇ ਹੈ, ਵੀਰ ਜਗਦੀਪ ਸਿੰਘ ਜੋ ਕਤਰ ਦੀ ਧਰਤੀ 'ਤੇ ਕਿਰਤ ਕਮਾਈ ਕਰਦਾ, ਅਤੇ ਵੀਰ ਪਰਮਜੀਤ ਸਿੰਘ ਨਗਰ ਝੀਤਿਆਂ ਤੋਂ, ਸਾਰੇ ਵੀਰਾਂ ਨੇ ਰਲ ਮਿਲ ਕਰਕੇ ਨਗਰ ਦੀ ਸੰਗਤ ਦੇ ਨਾਲ, ਸਾਰੇ ਝੀਤਿਆਂ ਦੀ ਸੰਗਤ ਨੇ ਜੋ ਸਾਡੇ ਕਵੀਸ਼ਰ ਜਥੇ ਨੂੰ ਇੰਨਾ ਵੱਡਾ ਸਨਮਾਨ ਦਿੱਤਾ ਹੈ, ਮੈਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕਿਉਂਕਿ ਇਹ ਸਮੁੱਚੀ ਕਵੀਸ਼ਰੀ ਕਲਾ ਦਾ ਜਿਹੜਾ ਸਤਿਕਾਰ ਹੋ ਰਿਹਾ ਹੈ, ਅਤੇ ਇਸੋ ਜੇ ਜਦੋਂ ਸਨਮਾਨ ਹੋਣਗੇ ਤਾਂ ਫਿਰ ਹੋਰ ਵੀ ਬੱਚੇ ਜਿਹੜੇ ਨੇ ਉਹ ਵੱਧ ਚੜ੍ਹ ਕੇ ਇਸ ਕਵੀਸ਼ਰੀ ਕਲਾ ਵਾਲੇ ਪਾਸੇ ਨੂੰ ਆਉਣਗੇ। ਮੈਨੂੰ ਦੱਸੋ ਭਾਈ ਸੰਦੀਪ ਸਿੰਘ ਜੀ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਵੀਸ਼ਰੀ ਕਰਦਿਆਂ ਨੂੰ, ਅਤੇ ਇਸ ਤਰ੍ਹਾਂ ਦਾ ਮਾਨ ਸਨਮਾਨ ਪਹਿਲੀ ਵਾਰੀ ਮਿਲੇਗਾ ਜਾਂ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਾਨ ਸਨਮਾਨ ਮਿਲਦਾ ਆ ਰਿਹਾ? ਮੈਨੂੰ ਲਗਭਗ 6 ਕੁ ਸਾਲ ਦਾ ਸਮਾਂ ਹੋਇਆ ਕਵੀਸ਼ਰੀ ਕਲਾ ਦੇ ਖੇਤਰ ਵਿੱਚ ਆਇਆ। ਮਾਣ ਸਨਮਾਨ ਸੰਗਤ ਨੇ ਬਹੁਤ ਦਿੱਤੇ ਨੇ, ਪਰ ਇਸੇ ਹੀ ਚੱਲ ਰਹੇ ਸਾਲ 2024 ਦੇ ਵਿੱਚ ਇਹ ਤੀਸਰਾ ਵੱਡਾ ਸਨਮਾਨ ਗੁਰੂ ਕੀ ਸੰਗਤ ਵੱਲੋਂ ਦਸਰਿਆਂ ਦੀ ਝੋਲੀ ਪਾਇਆ ਗਿਆ। ਪਹਿਲਾ ਸਨਮਾਨ ਜੋ ਫਰਵਰੀ ਮਹੀਨੇ ਵਿੱਚ ਸਤਿਕਾਰਯੋਗ ਮਹਾਂਪੁਰਸ਼ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ, ਜਿਨ੍ਹਾਂ ਕਰੀ ਕਲਾਂ ਪਿੰਡ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੀ ਧਰਤੀ 'ਤੇ ਸਾਨੂੰ ਸੋਨੇ ਦਾ ਪੈਨ ਦੇ ਕਰਕੇ ਨਵਾਜਿਆ ਸੀ, ਅਤੇ ਫਿਰ ਜੁਲਾਈ ਮਹੀਨੇ ਵਿੱਚ ਨਗਰ ਰਟੌਲ ਦੀ ਧਰਤੀ 'ਤੇ NRI ਭਰਾਵਾਂ ਵੱਲੋਂ ਅਤੇ ਸਤਿਕਾਰਯੋਗ ਮਹਾਂਪੁਰਸ਼ ਜਥੇਦਾਰ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ, ਉਹਨਾਂ ਵੱਲੋਂ ਸੋਨੇ ਦੇ ਕੈਂਠੇ ਦੇ ਨਾਲ ਸਨਮਾਨ ਦੇ ਕਰਕੇ ਨਵਾਜਿਆ ਗਿਆ ਸੀ। ਅਤੇ ਇਹ ਤੀਸਰਾ ਸਨਮਾਨ ਇਸੇ ਸਾਲ ਵਿੱਚ ਵੱਡਾ ਗੁਰੂ ਕੀ ਸੰਗਤ ਨੇ ਸਾਨੂੰ ਦੇ ਕਰਕੇ ਨਵਾਜਿਆ ਹੈ। ਭਾਈ ਸਾਹਿਬ, ਕਿਸ ਤਰ੍ਹਾਂ ਦੇ ਦਿਓ ਜਦੋਂ ਗੁਰੂ ਦੇ ਵਜ਼ੀਰ ਹੋ ਗਏ ਜਾਂ ਕੀਰਤਨੀ ਹੋ ਗਏ ਤੁਹਾਡੇ ਅੱਗੇ, ਜਾਂ ਜਿਹੜੇ ਕੁਛ ਵੀ ਕਰਦੇ ਨੇ ਜਾਂ ਢਾਡੀ ਜਿੱਥੇ ਨੇ, ਜਦੋਂ ਇੰਨਾ ਮਾਣ ਸਤਿਕਾਰ ਦਿੰਦੇ ਨੇ ਤਾਂ ਫਿਰ ਮਨ ਨੂੰ ਕਿੰਨਾ ਕੁ ਚੰਗਾ ਲੱਗਦਾ ਇਹ ਚੀਜ਼ ਲੈ ਕੇ? ਬਹੁਤ ਖੁਸ਼ੀ ਹੁੰਦੀ ਹੈ, ਕਿਉਂਕਿ ਜਿਸ ਕਲਾ ਦਾ ਸਤਿਕਾਰ ਨਾ ਹੋਵੇ ਉਹ ਕਲਾ ਖਤਮ ਹੋ ਜਾਂਦੀ ਹੈ। ਜਿਸ ਕਲਾ ਦਾ ਸਤਿਕਾਰ ਹੁੰਦਾ ਰਹੇ ਉਹ ਸਦਾ ਤਰੱਕੀਆਂ ਕਰਦੀ ਰਹਿੰਦੀ ਹੈ, ਅਤੇ ਕਿਤੇ ਨਾ ਕਿਤੇ ਖਾਸ ਕਰਕੇ ਕਵੀਸ਼ਰੀ ਲਾਈਨ ਵਿੱਚ ਖੜੋਤ ਆਈ ਨਜ਼ਰ ਆ ਰਹੀ ਸੀ। ਕਿਉਂਕਿ ਅੱਜ ਸ਼ੋਰ ਸ਼ਰਾਬੇ ਦਾ ਸਮਾਂ ਹੈ, ਮਿਊਜ਼ਿਕ ਤੋਂ ਬਿਨਾਂ ਕੋਈ ਵੀ ਕਿਸੇ ਨੂੰ ਸੁਣਨਾ ਪਸੰਦ ਨਹੀਂ ਕਰਦਾ। ਇੱਕ ਕਵੀਸ਼ਰੀ ਕਲਾ ਇਹੋ ਜਿਹੀ ਹੈ ਜਿਹਦੇ ਵਿੱਚ ਕੋਈ ਵੀ ਸਾਜ਼ ਨਹੀਂ ਹੁੰਦਾ, ਬੋਲਣ ਵਾਲਾ ਆਪਣੇ ਲਫਜ਼ਾਂ ਦੇ ਨਾਲ ਅਤੇ ਗਾਉਣ ਵਾਲੇ ਸਾਥੀ ਜਿਹੜੇ ਉਹ ਆਪਣੇ ਕੰਠ ਦੇ ਨਾਲ ਹੀ ਸਰੋਤਿਆਂ ਨੂੰ ਕੀਲ ਕੇ ਬਿਠਾਉਂਦੇ ਨੇ, ਅਤੇ ਸਭ ਤੋਂ ਔਖਾ ਕੰਮ ਹੈ ਬਿਨਾਂ ਸਾਜ਼ਾਂ ਤੋਂ ਸਰੋਤਿਆਂ ਨੂੰ 2 ਘੰਟੇ 2.5 ਘੰਟੇ ਬਿਠਾ ਕਰਕੇ ਰੱਖਣਾ। ਇਸ ਕਰਕੇ ਅੱਜ ਦੇ ਸ਼ੋਰ ਸ਼ਰਾਬੇ ਵਿੱਚ ਜਿੱਥੇ ਕਿਤੇ ਨਾ ਕਿਤੇ ਕਵੀਸ਼ਰੀ ਕਲਾ ਵਿੱਚ ਖੜੋਤ ਆ ਰਹੀ ਸੀ, ਜੋ ਇਸ ਤਰ੍ਹਾਂ ਦੇ ਵੱਡੇ ਵੱਡੇ ਸਨਮਾਨ ਹੋ ਰਹੇ ਨੇ, ਅਤੇ ਮੈਂ ਚਾਹੁੰਦਾ ਇਹ ਕਵੀਸ਼ਰੀ ਕਲਾ ਜਿਹੜੀ ਹੈ ਇਹ ਫਿਰ ਵੱਡੀਆਂ ਪਲਾਂਘਾਂ ਪੁੱਟੇਗੀ। ਭਾਈ ਸਾਹਿਬ, ਕਿਸ ਤਰ੍ਹਾਂ ਦੇ ਦਿਓ? ਅਸੀਂ ਦੇਖਿਆ ਪਿਛਲੀ ਜਿਹੜੀ ਹਲਕਾ ਟਾਰੀ ਦਾ ਪਿੰਡ ਸੀ, ਜਠੌਰ ਸੀ, ਜਿੱਥੇ ਕਿ ਭਾਈ ਬਾਬਾ ਸੰਤੋਖ ਸਿੰਘ ਜਿਹੜਾ ਕਿ ਕਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਸੀ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ 2 ਤੋੜਿਆਂ ਦਾ ਸੋਨੇ ਦਾ ਕੈਂਠਾ ਪਾ ਕੇ। ਅੱਜ ਤੁਹਾਨੂੰ ਸਨਮਾਨਿਤ ਕੀਤਾ ਕਿ ਲੱਗਦਾ ਪੰਜਾਬ ਸਾਡਾ ਹੁਣ ਸਿੱਧੇ ਰਾਹ ਪੈ ਗਿਆ ਵਾ। ਅਸੀਂ ਦੇਖਿਆ ਕਿ ਗੁਰੂ ਦੇ ਵਜ਼ੀਰ ਹੋ ਗਏ ਜਾਂ ਕੀਰਤਨੀ ਹੋ ਗਏ, ਅਤੇ ਜਾਂ ਜਿਹੜੇ ਤੁਹਾਡੇ ਕੁਸ਼ਰੀ ਜਾਂ ਜਿਹੜੇ ਢਾਡੀ ਸਿੰਘ ਨੇ, ਉਹਨਾਂ ਦਾ ਬਹੁਤਾ ਧਿਆਨ ਨਹੀਂ ਸੀ ਦਿੱਤਾ ਦਾ, ਮਾੜੇ ਹਾਲਾਤਾਂ ਵਿੱਚੋਂ ਲੰਘ ਰਹੇ ਸੀ, ਕਿ ਲੱਗਦਾ ਪੰਜਾਬ ਹੁਣ ਸਿੱਧੇ ਰਾਹ ਪੈ ਗਿਆ। ਸਾਡੇ ਜਿਹੜੇ ਵੀਰ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ, ਆਪਣੀ ਮਿਹਨਤ ਦੀ ਕਮਾਈ ਦਾ ਸੰਬੰਧ ਕੱਢ ਕੇ ਸਿੱਖੀ ਵੱਲ ਜੋੜ ਰਹੇ ਨੇ, ਸਾਡੇ ਜਿਹੜੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਉਹਨਾਂ ਜਿਹੜਾ ਕਿ ਮਾਣ ਸਨਮਾਨ ਬਣਦਾ ਉਹ ਕੀਤਾ ਜਾ ਰਿਹਾ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੜੀ ਚੰਗੀ ਪਿਰਤ ਪੈ ਰਹੀ ਹੈ ਕਿ ਚੰਗੇ ਲੋਕਾਂ ਦਾ ਸਨਮਾਨ ਹੋ ਰਿਹਾ। ਜਿਹੜੀ
ਕੌਮ ਦੀ ਮਾਇਆ ਹੈ ਨਾ, ਉਹ ਕੌਮ ਦੇ ਕੰਮ ਵਾਸਤੇ ਆ ਰਹੀ ਹੈ। ਜਦੋਂ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਹੁੰਦਾ, ਵੈਸੇ ਤਾਂ ਮੈਂ ਇਹ ਸੋਚਦਾ ਵੀ ਗੁਰੂ ਕੇ ਵਜ਼ੀਰ ਦਾ ਅਸੀਂ ਸਤਿਕਾਰ ਕਰ ਹੀ ਨਹੀਂ ਸਕਦੇ, ਕਿਉਂਕਿ ਉਹਨੂੰ ਗੁਰੂ ਸਾਹਿਬ ਨੇ ਸਤਿਕਾਰ ਦੇ ਕਰਕੇ ਨਿਵਾਜ਼ ਦਿੱਤਾ। ਅਸੀਂ ਉਹਦਾ ਜਿੰਨਾ ਵੀ ਸਤਿਕਾਰ ਕਰਾਂਗੇ ਉਹ ਘੱਟ ਹੀ ਹੋਵੇਗਾ। ਅਤੇ ਜਿਹੜਾ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਕਰਨਾ, ਚਾਹੇ ਕਵੀ ਸ਼੍ਰੀ ਢਾਡੀ ਸਿੰਘਾਂ ਦਾ, ਗੁਰੂ ਕੇ ਕੀਰਤਨੀਆਂ ਦਾ ਸਤਿਕਾਰ ਕਰਨਾ, ਇਹ ਬਹੁਤ ਉਹ ਜਿਹੜੇ ਵੀਰ ਕਰ ਰਹੇ ਨੇ ਉਹ ਵਧਾਈ ਦੇ ਪਾਤਰ ਨੇ। ਪੰਜਾਬ ਵਿੱਚ ਇਹ ਲਹਿਰ ਚੱਲ ਪਈ ਹੈ ਕਿ ਹੁਣ ਆਪਾਂ ਆਪਣਿਆਂ ਨੂੰ ਸਾਂਭ ਲਈਏ। ਅਸੀਂ ਪਹਿਲਾਂ ਹੋਰ ਪਾਸੇ ਸ਼ਾਇਦ ਤੁਰੇ ਫਿਰਦੇ ਸੀ, ਅਤੇ ਜਦੋਂ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਹੋਵੇਗਾ, ਉਸ ਦੀ ਹੌਸਲਾ ਅਫਜਾਈ ਹੋਵੇਗੀ, ਅਤੇ ਉਹ ਹਰ ਰੋਜ਼ ਜਿਹੜਾ ਦੋ ਵਕਤ ਪਿੰਡ ਦਾ ਭਲਾ ਮੰਗਦਾ ਹੈ, ਜਦੋਂ ਉਹਦਾ ਸਤਿਕਾਰ ਅਸੀਂ ਕਰਾਂਗੇ, ਅਤੇ ਉਹਦੇ ਵੱਲ ਵੇਖ ਕਰਕੇ ਸਾਡੇ ਅਗਲੀਆਂ ਪੀੜ੍ਹੀਆਂ, ਕਿਉਂਕਿ ਸਾਨੂੰ ਇਹ ਸੁਣਨ ਨੂੰ ਬਹੁਤ ਮਿਲਦਾ ਵੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਾਠੀ ਸਿੰਘ, ਗ੍ਰੰਥੀ ਸਿੰਘ ਨਹੀਂ ਲੱਭਣੇ, ਉਹਦਾ ਇੱਕ ਸਭ ਤੋਂ ਵੱਡਾ ਕਾਰਨ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ ਵੀ ਸਾਡੇ ਬੱਚੇ ਪੰਜਾਬੀ ਪੜ੍ਹਨੋਂ ਹੀ ਹਟਦੇ ਜਾ ਰਹੇ। ਜਿਹਨੂੰ ਪੰਜਾਬੀ ਨਹੀਂ ਪੜ੍ਹਨੀ ਆਵੇਗੀ ਉਹ ਕਦੇ ਗੁਰਬਾਣੀ ਨਹੀਂ ਪੜ੍ਹ ਸਕਦਾ, ਅਤੇ ਜਿਹੜਾ ਗੁਰਬਾਣੀ ਨਹੀਂ ਪੜ੍ਹ ਸਕਦਾ ਉਹ ਗ੍ਰੰਥੀ ਬਣਨਾ ਤਾਂ ਬੜੀ ਦੂਰ ਦੀ ਗੱਲ ਹੈ। ਅਤੇ ਬੱਚੇ ਹਮੇਸ਼ਾ ਹੀ ਉਸ ਲਾਈਨ ਵੱਲ ਜਾਣਾ ਪਸੰਦ ਕਰਦੇ ਨੇ ਜਿਸ ਲਾਈਨ ਵਿੱਚ ਉਹ ਸਤਿਕਾਰ ਹੁੰਦੇ ਵੇਖਦੇ ਨੇ। ਹੋਰਨਾਂ ਖੇਤਰਾਂ ਵਿੱਚ ਜਾਣ ਵਾਸਤੇ ਬਹੁਤ ਸਾਰੇ ਪਲੇਟਫਾਰਮ ਨੇ, ਸਾਡੇ ਕੋਲ ਇੱਕ ਹੀ ਪਲੇਟਫਾਰਮ ਹੁੰਦਾ ਹੈ ਕਿ ਅਸੀਂ ਗੁਰਮਤਿ ਸਮਾਗਮਾਂ ਦੇ ਵਿੱਚ ਜਾ ਕਰਕੇ ਅਤੇ ਆਪਣੀ ਗੱਲ, ਆਪਣੇ ਗੁਰੂ ਦੀ ਗੱਲ ਰੱਖ ਸਕੀਏ। ਜਦੋਂ ਉਹਨਾਂ ਸਮਾਗਮਾਂ ਵਿੱਚ ਸਾਡੇ ਸਤਿਕਾਰ ਕਵੀਸ਼ਰੀਆਂ ਦੇ, ਗ੍ਰੰਥੀ ਸਿੰਘਾਂ ਦੇ, ਢਾਡੀ ਸਿੰਘਾਂ ਦੇ ਹੋਣਗੇ, ਅਤੇ ਬੱਚਿਆਂ ਦੇ ਮਨ ਵਿੱਚ ਫਿਰ ਚਾਉ ਪੈਦਾ ਹੋਵੇਗਾ ਵੀ ਇਸ ਖੇਤਰ ਵਿੱਚ ਵੀ ਕਦਰ ਹੈ, ਅਤੇ ਅਸੀਂ ਨਾਲੇ ਸੇਵਾ ਕਰਾਂਗੇ ਗੁਰੂ ਸਾਹਿਬ ਦੀ, ਅਤੇ ਨਾਲੇ ਸਨਮਾਨ ਵੀ ਜਿਹੜੇ ਨੇ ਉਹ ਸਾਨੂੰ ਪ੍ਰਾਪਤ ਹੋਣਗੇ। ਭਾਈ ਸੰਦੀਪ ਜੀ, ਅਸੀਂ ਦੇਖਿਆ ਵੀ ਸਾਰੇ ਗੁਰੂ ਦੇ ਜਿਹੜੇ ਵਜ਼ੀਰ ਨੇ ਸਿਰਫ ਨਾਂ ਦੇ ਵਜ਼ੀਰ ਹੈਗੇ ਨੇ, ਬਹੁਤਾ ਮਾਨ ਸਨਮਾਨ ਨਹੀਂ ਕੀਤਾ ਦਾ। ਅਸੀਂ ਦੇਖਿਆ ਘਰ ਦੇ ਹਾਲਾਤ ਇੰਨੇ ਕੁ ਨਾਜ਼ੁਕ ਨੇ, ਇੱਕ ਕਮਰੇ ਵਿੱਚ ਸਾਰਾ ਪਰਿਵਾਰ ਰਹਿੰਦੇ ਨੇ, ਅਤੇ ਛੱਤਾਂ ਵੀ ਜਿਹੜੀਆਂ ਟੁੱਟੀਆਂ ਨੇ, ਪਤਾ ਨਹੀਂ ਕਿਹੜੇ ਵੇਲੇ ਛੱਤ ਜਿਹੜੀ ਡਿੱਗ ਸਕਦੀ ਆ। ਇੰਨੇ ਮਾੜੇ ਹਾਲਾਤ ਨੇ, ਸਿਰਫ ਨਾਂ ਦੇ ਵਜ਼ੀਰ ਬਣ ਕੇ ਰਹਿ ਗਏ ਨੇ, ਕੀ ਕਹਿਣਾ ਚਾਹੋਗੇ? ਅਤੇ ਇਹ ਸਭ ਤੋਂ ਵੱਡੀ ਸਾਡੀ ਤ੍ਰਾਸਦੀ ਹੈ ਕਿ ਜੇ ਸਾਡੇ ਗੁਰੂ ਕੇ ਵਜ਼ੀਰ ਦਾ ਕੋਠੇ ਦੀ ਛੱਤ ਦੇ ਬਾਲੇ ਡਿੱਗ ਰਹੇ ਹੋਣ, ਅਤੇ ਕੌਮ ਦੇ ਕੋਲ ਪੈਸੇ ਦੀ ਮਾਇਆ ਦੀ ਘਾਟ ਨਹੀਂ ਹੈ, ਸਾਡੀ ਕੌਮ ਤੇ ਕਿਤੇ ਵੀ ਭਾਰਤ ਵਿੱਚ ਨਹੀਂ, ਸਮੁੱਚੇ ਹੀ ਜਿੰਨਾ ਵੀ ਸੰਸਾਰ ਹੈ, ਕਿਤੇ ਕੋਈ ਮੁਸੀਬਤ ਬਣੀ ਤਾਂ ਸਭ ਤੋਂ ਪਹਿਲਾਂ ਉੱਥੇ ਸਿੱਖ ਕੌਮ ਪਹੁੰਚਦੀ ਹੈ। ਸ਼ਾਇਦ ਸਰਕਾਰਾਂ ਫੇਲ ਹੋ ਜਾਂਦੀਆਂ ਕਈ ਜਗ੍ਹਾ 'ਤੇ ਪਹੁੰਚਣ ਤੋਂ, ਪਰ ਸਿੱਖ ਕੌਮ ਪਹੁੰਚਣ ਤੋਂ ਕਦੇ ਪਿੱਛੇ ਨਹੀਂ ਹਟੀ। ਅਤੇ ਜੇ ਅਸੀਂ ਆਪਣੇ ਗ੍ਰੰਥੀ ਸਿੰਘਾਂ ਨੂੰ ਨਹੀਂ ਸੰਭਾਲ ਸਕੇ, ਤਾਂ ਫਿਰ ਸਾਨੂੰ ਆਲਾ ਦੁਆਲਾ ਸਾਂਭਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਅਤੇ ਮੇਰੀ ਸੰਗਤ ਨੂੰ ਜਿੱਥੇ ਅਪੀਲ ਹੈ ਵੀ ਗੁਰੂ ਕੇ ਗ੍ਰੰਥੀ ਸਿੰਘਾਂ ਦਾ ਵੱਧ ਤੋਂ ਵੱਧ ਸਤਿਕਾਰ ਜਿੰਨਾ ਵੀ ਕਰ ਸਕੀਏ ਉਨਾ ਥੋੜ੍ਹਾ, ਕਿਉਂਕਿ ਜਦੋਂ ਸਾਨੂੰ ਘਰ ਵਿੱਚ ਕਿਸੇ ਚੀਜ਼ ਦੀ ਘਾਟ ਹੋਵੇ, ਜੇ ਕਿਸੇ ਕੋਲ ਪੁੱਤਰ ਨਹੀਂ ਹੈ ਜਾਂ ਕਿਸੇ ਨੇ ਵਿਦੇਸ਼ ਜਾਣ ਦੀ ਅਰਦਾਸ ਕਰਵਾਉਣੀ ਹੈ, ਉਦੋਂ ਤਾਂ ਅਸੀਂ ਜਾਂਦੇ ਹਾਂ ਗੁਰੂ ਕੇ ਵਜ਼ੀਰ ਦੇ ਕੋਲ ਵੀ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰ ਦਿਓ। ਅਤੇ ਜਦੋਂ ਵੀਜ਼ਾ ਆ ਜਾਵੇ ਜਾਂ ਘਰ ਵਿੱਚ ਪੁੱਤਰ ਆ ਜਾਵੇ, ਅਤੇ ਪਾਰਟੀ ਕਰਨ ਵਾਸਤੇ ਅਸੀਂ ਪੱਬਾਂ ਕਲੱਬਾਂ ਵਾਲੇ ਪਾਸੇ ਚਲੇ ਜਾਂਦੇ ਹਾਂ, ਉੱਥੇ ਅਸੀਂ ਹਜ਼ਾਰਾਂ ਰੁਪਈਏ ਖਰਚ ਦਿੰਦੇ ਹਾਂ। ਅਤੇ ਕਈ ਵਾਰ ਗ੍ਰੰਥੀ ਸਿੰਘ ਨੂੰ ਅਰਦਾਸ ਦੀ ਭੇਟਾ ਵੀ ਦੇਣ ਲੱਗਿਆਂ ਸਾਨੂੰ ਯਾਦ ਭੁੱਲ ਜਾਂਦਾ, ਅਤੇ ਸੋ ਉਹਨਾਂ ਦਾ ਪਹਿਲਾਂ ਸਤਿਕਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਾਂਗੇ, ਅਤੇ ਫਿਰ ਸਾਡੇ ਗ੍ਰੰਥੀ ਸਿੰਘ ਜਿਹੜੇ ਨੇ ਉਹ ਹੋਰ ਚੜ੍ਹਦੀ ਕਲਾ ਦੇ ਨਾਲ ਸਮਾਵਾਂ ਨਿਭਾਉਣਗੇ। ਮੇਰੀ ਕੌਮ ਕੋਲ ਮਾਇਆ ਦੀ ਘਾਟ ਨਹੀਂ ਹੈ, ਬਸ ਉਹਨਾਂ ਨੂੰ ਚੰਗੇ ਪਾਸੇ ਲਾਉਣ ਦੀ ਜ਼ਰੂਰਤ ਹੈ ਵੀ ਉਹ ਇਸ ਪਾਸੇ ਵੱਲ ਧਿਆਨ ਦੇਣ ਕਿ ਆਪਣੇ ਗੁਰੂ ਕੇ ਵਜ਼ੀਰਾਂ ਨੂੰ ਅਸੀਂ ਸਾਂਭ ਲਈਏ। ਅਤੇ ਗੁਰੂ ਕੇ ਵਜ਼ੀਰਾਂ ਨੂੰ ਮੇਰੀ ਬੇਨਤੀ ਇਹ ਆ ਵੀ ਜਿੱਥੇ ਕਦਰ ਨਹੀਂ ਹੈ ਉੱਥੇ ਡਿਊਟੀ ਕਰਨੀ ਬੰਦ ਕਰ ਦਿਓ। ਆਪੇ ਜਦੋਂ ਡਿਊਟੀ ਨਾ ਕੋਈ ਕਰੇਗਾ, ਜਾਂ ਤਾਂ ਫਿਰ ਗੁਰਦੁਆਰਾ ਸਾਹਿਬ ਨੂੰ ਉਹ ਜਿੰਦਰਾ ਲਾ ਦੇਣਗੇ, ਜਾਂ ਫਿਰ ਜਿਹਨੂੰ ਵੀ ਲੈ ਕੇ ਆਉਣਗੇ ਉਹਦਾ ਘੱਟੋ ਘੱਟ ਮਾਣ ਸਨਮਾਨ ਤਾਂ ਕਰਨਾ ਪਵੇਗਾ ਪ੍ਰਬੰਧਕ ਕਮੇਟੀਆਂ ਨੂੰ ਜਾਂ ਨਗਰਾਂ ਨੂੰ। ਭਾਈ ਸਾਹਿਬ, ਅਸੀਂ ਦੇਖਿਆ ਵੀ ਇੱਕ ਗੁਰੂ ਦਾ ਵਜ਼ੀਰ ਆ ਪਾਠੀ ਸਿੰਘ ਆ,
ਘਰ ਦੇ ਹਾਲਾਤ ਇੰਨੇ ਕੁ ਮਾੜੇ ਨੇ ਵੀ ਮੈਂ ਦੱਸਿਆ ਵੀ ਛੱਤ ਜਿਹੜੀ ਸੀ ਬਰਸਾਤ ਜਦੋਂ ਪਿਛਲੇ ਦਿਨ ਮੀਂਹ ਪਿਆ ਉਹ ਛੱਤ ਵੀ ਗਲੇ ਢੱਟ ਗਈ ਆ ਅਤੇ ਉਹਨਾਂ ਨੇ ਪਾਠੀ ਸਿੰਘ ਦੀ ਡਿਊਟੀ ਛੱਡ ਕੇ ਰਕਸ਼ਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਹਾਲਾਤ ਨੇ ਸਾਡੇ ਪੰਜਾਬ ਦੇ, ਇਸ ਹਾਲਾਤ ਨੇ ਸਾਡੇ ਗੁਰੂ ਦੇ ਵਜ਼ੀਰਾਂ ਦੇ। ਉਹਦਾ ਕਾਰਨ ਉਹੀ ਜੇ ਆਪਾਂ ਬੇਨਤੀ ਕਰ ਰਹੇ ਹਾਂ ਵੀ ਜੇ ਸਤਿਕਾਰ ਨਹੀਂ, ਜੇ ਇਸ ਕਲਾ ਦਾ ਸਤਿਕਾਰ ਨਹੀਂ ਹੁੰਦਾ ਨਾ ਉਸ ਕਲਾ ਦੇ ਵਿੱਚ ਆਉਣਾ ਕੋਈ ਵੀ ਪਸੰਦ ਨਹੀਂ ਕਰਦਾ। ਅਤੇ ਇਹ ਤਾਂ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਗ੍ਰੰਥੀ ਸਿੰਘ ਦੀ ਸੇਵਾ ਮਿਲਦੀ ਹੈ। ਜਿਹੜਾ ਗੁਰੂ ਸਾਹਿਬ ਦੀ ਸੇਵਾ ਕਰਦਾ ਏ, ਆਪਣੇ ਸਿਰ 'ਤੇ ਰੱਖ ਕੇ ਦੋ ਟਾਈਮ ਗੁਰੂ ਸਾਹਿਬ ਦਾ ਸਰੂਪ ਪ੍ਰਕਾਸ਼ ਅਤੇ ਸੁੱਖ ਆਸਣ ਕਰਦਾ ਏ, ਉਹਦਾ ਜੇ ਕੋਈ ਕਾਰਜ ਰੁਕ ਜਾਂਦਾ ਏ ਜਾਂ ਉਹਦੇ ਹਾਲਾਤ ਇੰਨੇ ਬੁਰੇ ਹੋ ਜਾਂਦੇ ਨੇ ਤਾਂ ਫਿਰ ਇਹ ਕੌਮ ਦੀ ਤ੍ਰਾਸਦੀ ਆਖੀ ਜਾ ਸਕਦੀ ਆ। ਵਾਰ ਵਾਰ ਬੇਨਤੀ ਇਹ ਹੈ ਕਿ ਗੁਰੂ ਕੇ ਵਜ਼ੀਰਾਂ ਨੂੰ ਸਾਂਭਣਾ ਇਹ ਸਾਡਾ ਪਹਿਲਾ ਫਰਜ਼ ਹੈ ਅਤੇ ਗੁਰੂ ਕੇ ਵਜ਼ੀਰਾਂ ਦਾ ਫਰਜ਼ ਵੀ ਇਹੋ ਹੀ ਹੈ ਕਿ ਸੰਗਤ ਨੂੰ ਵੱਧ ਤੋਂ ਵੱਧ ਜੋੜੀਏ। ਜਿੱਥੇ ਸਤਿਕਾਰ ਨਹੀਂ ਹੈ ਉੱਥੇ ਡਿਊਟੀ ਕਰਨ ਦੀ ਜ਼ਰੂਰਤ ਕੋਈ ਨਹੀਂ। ਜਦੋਂ ਨਹੀਂ ਮਿਲਣਗੇ ਤਾਂ ਫਿਰ ਆਪੇ ਹੀ ਸਤਿਕਾਰ ਵੀ ਵਧੇਗਾ। ਜਦੋਂ ਅਸੀਂ 1500-2000 ਦੇ ਵਿੱਚ ਡਿਊਟੀ ਕਰਨ ਵਾਸਤੇ ਆਪ ਤਿਆਰ ਹੋ ਜਾਂਦੇ ਹਾਂ ਤਾਂ ਫਿਰ ਪ੍ਰਬੰਧਕ ਵੀ ਸੋਚਦੇ ਵੀ ਚਲੋ ਕੰਮ ਚੱਲ ਹੀ ਰਿਹਾ। ਗੁਰੂ ਘਰ ਦਾ ਕਦੇ ਕੰਮ ਚੱਲ ਰਿਹਾ ਨਹੀਂ ਸੋਚਣਾ ਚਾਹੀਦਾ। ਇੱਥੇ ਤਾਂ ਸੇਵਾ ਜਿੰਨੀ ਵੀ ਕਰ ਸਕੀਏ ਉਨੀ ਥੋੜ੍ਹੀ ਹੈ ਅਤੇ ਗੁਰੂ ਕੇ ਵਜ਼ੀਰ ਤੋਂ ਬਿਨਾਂ ਗੁਰੂ ਘਰ ਦੀ ਸਾਂਭ ਸੰਭਾਲ ਹੋਰ ਕੋਈ ਉਨੀ ਤਨਦੇਹੀ ਨਾਲ ਨਹੀਂ ਕਰ ਸਕਦਾ ਜਿੰਨੀ ਗੁਰੂ ਕਾ ਵਜ਼ੀਰ ਕਰ ਰਿਹਾ। ਅਤੇ ਸਾਰਾ ਨਗਰ ਰਲ ਕੇ ਜੇ ਪਿੰਡ ਦੇ ਇੱਕ ਗ੍ਰੰਥੀ ਸਿੰਘ ਨੂੰ ਨਹੀਂ ਸੰਭਾਲ ਸਕਦਾ ਤਾਂ ਫਿਰ ਉਸ ਨਗਰ ਬਾਰੇ ਕੀ ਕਿਹਾ ਜਾ ਸਕਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤਸਵੀਰਾਂ ਤੁਹਾਨੂੰ ਖਾਂ ਜੀ ਕੀਤੀਆਂ ਨੇ ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਮਹਿਮਾ ਦੀਆਂ, ਜਿਹੜੀ ਕਿ ਖੂਬਸੂਰਤ ਤਸਵੀਰਾਂ ਨੇ। ਤੁਸੀਂ ਵੀ ਵੇਖ ਕੇ ਤੁਹਾਡਾ ਵੀ ਮਨ ਜਿਹੜਾ ਉਹ ਭਾਵੁਕ ਹੋ ਜੂਗਾ ਅਤੇ ਮਨ ਖੁਸ਼ ਵੀ ਹੋ ਜੂਗਾ। ਅੱਜ ਇਹ ਹਾਲਾਤ ਨੇ ਸਾਡੇ ਗੁਰੂ ਦੇ ਵਜ਼ੀਰਾਂ ਦੇ ਅਤੇ ਖਾਸ ਕਰ ਜਿਹੜੇ ਕਿ ਜਿਹੜੇ ਕੁਸ਼ਲੀ ਨੇ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਕੀਤਾ ਦਾ ਅਸੀਂ ਧੰਨਵਾਦ ਕਰਦੇ ਹਾਂ ਵੀਰਾਂ ਜਿਹੜੇ ਕਿ NRI ਵੀ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਪੰਜਾਬ 'ਚੋਂ ਜਾ ਕੇ ਅੱਜ ਵੀ ਆਪਣੇ ਪੰਜਾਬ ਅਤੇ ਪੰਜਾਬੀ ਦਾ ਧਿਆਨ ਰੱਖਦੇ ਨੇ। ਅਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਜਿਹੜੇ ਧਰਮ ਪਤਨੀ ਨੇ ਉਹਨਾਂ ਨੂੰ ਗੱਲਬਾਤ ਕਰਦੇ ਹਾਂ ਕਿਉਂਕਿ ਪਰਿਵਾਰ ਵਿੱਚ ਬੜੀ ਖੁਸ਼ੀ ਲੈ ਰਿਹਾ ਉਹਨਾਂ ਦੇ ਇਸ ਬਾਰੇ ਕੀ ਕਹਿਣਾ ਵਾ। ਭੈਣ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਭਾਈ ਸਾਹਿਬ ਨੂੰ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਕੀ ਕਹਿਣਾ ਚਾਹੋਗੇ ਤੇ? ਕਿ ਬਹੁਤ ਖੁਸ਼ੀ ਜੀ ਮਹਿਸੂਸ ਹੋ ਰਹੀ ਸਾਨੂੰ ਕਿ ਇਹਨਾਂ ਦਾ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ ਕਿ ਫਕਰ ਨਾ ਸਿਰਫ ਉੱਚਾ ਹੋ ਰਿਹਾ ਕਿ ਇਹਨਾਂ ਪਿਓ ਦਾਦੇ ਦਾ ਨਾਮ ਵੀ ਰੋਸ਼ਨ ਹੋ ਰਿਹਾ ਨਾਲੇ ਪਿੰਡ ਦਾ ਨਾਂ ਰੋਸ਼ਨ ਹੋ ਰਿਹਾ ਸਾਡੇ ਇਲਾਕੇ ਵਿੱਚ। ਪੂਰੀ ਚਰਚਾ ਵਾ ਭਾਈ ਸੰਦੀਪ ਸਿੰਘ ਨੂੰ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ, ਪਹਿਲੀ ਵਾਰ ਸਨਮਾਨਿਤ ਕੀਤਾ ਗਿਆ ਸੀ ਕਿ ਅੱਗੇ ਵੀ ਕਈ ਵਾਰ ਸਨਮਾਨਿਤ ਹੋਏ ਨੇ ਅਤੇ ਪਰਿਵਾਰ ਵਿੱਚ ਕਿੰਨਾ ਕੁ ਚਾਅ ਆ ਖੁਸ਼ੀ ਦੇ? ਪਹਿਲਾਂ ਵੀ ਇਹਨਾਂ ਨੇ ਸੋਨੇ ਦੇ ਪੈਨ ਦਾ ਹੀ ਸਨਮਾਨਿਤ ਕੀਤਾ ਗਿਆ, ਫਿਰ ਇਹਨਾਂ ਨੇ ਪਿੰਡ ਰਟੋਲ ਦੇ ਵਿੱਚ ਉੱਥੇ ਜਾ ਕੇ ਉੱਥੇ ਵੀ ਇਹਨਾਂ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਪਿੰਡ ਚੀਤਿਆਂ ਤੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ, ਪਰਿਵਾਰ ਵਿੱਚ ਪੂਰੀ ਹੀ ਖੁਸ਼ੀ ਦੀ ਲਹਿਰ। ਅਤੇ ਭੈਣ ਜੀ ਕੀ ਕਹਿਣਾ ਚਾਹੋਗੇ? ਅਸੀਂ ਦੇਖਿਆ ਵੀ ਸਾਡਾ ਕੀ ਲੱਗਦਾ ਵੀ ਪੰਜਾਬ ਹੁਣ ਸਿੱਧੇ ਰਾਹ ਤੁਰ ਪਿਆ, ਸਾਡੀ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਗੁਰੂ ਦੀ, ਚਾਹੇ ਵਜ਼ੀਰ ਪਾਠੀ ਸਿੰਘ ਨੇ, ਚਾਹੇ ਕੀਰਤੀਨੀ ਨੇ, ਚਾਹੇ ਭਾਈ ਸਾਹਿਬ ਵਾਂਗੂ ਕਵਿਸ਼ਰੀ ਨੇ ਜਾਂ ਜਿਹੜੇ ਢਾਡੀ ਇੱਥੇ ਨੇ, ਕੀ ਲੱਗਦਾ ਹੁਣ ਜਿਹੜੇ ਸਾਡੇ ਪੰਜਾਬੀ ਚਾਹੇ ਪੰਜਾਬ 'ਚ ਆ ਚਾਹੇ ਵਿਦੇਸ਼ਾਂ 'ਚ ਬੈਠੇ ਨੇ ਹੁਣ ਇਹਨਾਂ ਦੀ ਸੇਵਾ ਕਰਨ ਲੱਗ ਪਏ ਨੇ, ਮਾਣ ਸਤਿਕਾਰ ਦੇਣ ਲੱਗ ਪਏ ਨੇ, ਕੀ ਲੱਗਦਾ ਹੁਣ ਪੰਜਾਬ ਚੜ੍ਹਦੀ ਕਲਾ 'ਚ ਹੈਗਾ? ਹਾਂਜੀ ਵੀ ਹੁਣ ਵੇਖੋ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜਾਬ ਜਿਹੜਾ ਸਿੱਧੇ ਪਾਸੇ ਜਾ ਰਿਹਾ, ਨਸ਼ਿਆਂ ਵੱਲ ਵੀ ਥੋੜ੍ਹਾ ਬਹੁਤ ਫਰਕ ਪੈ ਰਿਹਾ ਹੈ। ਨਸ਼ਾ ਨੌਜਵਾਨ ਜਿਹੜੀ ਪੀੜ੍ਹੀ ਅੱਗੇ ਜਾ ਪਹਿਲਾਂ ਨਸ਼ੇ ਕਰ ਰਹੀ ਸੀ, ਹੁਣ ਉਹਨਾਂ ਦਾ ਥੋੜ੍ਹਾ ਅਗਲੀ ਪੀੜ੍ਹੀ ਜਿਹੜੀ ਥੋੜ੍ਹਾ ਫਰਕ 'ਚ ਹੈਗਾ ਕਿ ਉਹਨੂੰ ਨਹੀਂ ਨਸ਼ੇ 'ਚ ਪਈ ਹੈਗੀ, ਇਸ ਕਰਕੇ ਕਿ ਚਲੋ ਬਾਹਰਲੇ ਵੀ ਮੁੰਡੇ ਉਪਰਾਲਾ ਕਰ ਲਏ ਨੇ, ਬਾਹਰਲੇ ਦੇਸ਼ ਦਾ ਬੱਚੇ ਉਪਰਾਲਾ ਕਰ ਰਹੇ ਨੇ ਕਿ ਸਾਡਾ ਪੰਜਾਬ ਜਿਹੜਾ ਤਰੱਕੀ ਦੀ ਰਾਹ ਵੱਲ ਜਾਵੇ। ਵੀ ਤੁਹਾਨੂੰ ਕਿੰਨੇ ਕੁ ਲੋਕਾਂ ਨੇ ਵਧਾਈਆਂ ਦਿੱਤੀਆਂ ਹੁਣ ਤੱਕ, ਕਿੱਥੇ ਕਿੱਥੇ ਫੋਨ ਆ ਚੁੱਕੇ ਨੇ ਵਧਾਈਆਂ ਦੇ, ਰਿਸ਼ਤੇਦਾਰ ਭੈਣ ਭਰਾਵਾਂ ਨੂੰ ਪਤਾ ਲੱਗਾ ਜਾਂ ਪਿੰਡ ਵਾਸੀਆਂ ਨੇ ਕਿੰਨੇ ਕੁ ਵਧਾਈ ਦਿੱਤੀ ਤੁਹਾਨੂੰ? ਸਾਨੂੰ ਕਿ ਪੂਰੀ ਹੀ ਖੁਸ਼ੀ ਮਹਿਸੂਸ, ਸਾਨੂੰ ਸਾਰਿਆਂ ਨੇ ਵਧਾਈ ਦਿੱਤੀ, ਸਾਰੇ ਰਿਸ਼ਤੇਦਾਰਾਂ ਨੇ, ਪਿੰਡ ਵਾਸੀਆਂ ਨੇ, ਲਾਗੋ ਹਰ ਇੱਕ ਨੇ ਸਾਨੂੰ ਵਧਾਈ ਦਿੱਤੀ ਹੈਗੀ ਹੈ ਕਿ ਇਹਨਾਂ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਹੋਏ ਨੇ। ਕੀ ਲੱਗਦਾ ਕਿ ਮਾਣ ਵਾਲੀ ਗੱਲ ਹੈ ਤੁਹਾਡੇ ਵਾਸਤੇ ਵੀ, ਤੁਹਾਡੇ ਪਰਿਵਾਰ ਵਾਸਤੇ ਵੀ, ਕੀ ਲੱਗਦਾ ਵੀ ਪੂਰਾ ਮਾਣ ਮਿਲ ਰਿਹਾ? ਹਾਂਜੀ ਕਿ ਬਹੁਤ ਫਖਰ ਦੀ ਗੱਲ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਕਿ ਸਾਨੂੰ
ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਨੂੰ ਕਿ ਇਹਨਾਂ ਨੂੰ ਸੋਨੇ ਦੇ ਕੈਂਠਿਆਂ ਨਾਲ ਸਨਮਾਨਿਤ ਕੀਤਾ ਗਿਆ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਪਰਿਵਾਰਕ ਵਿੱਚ ਵੀ ਬਹੁਤ ਖੁਸ਼ੀ ਦੀ ਇਸ ਟਾਈਮ ਲੈ ਰਿਹਾ, ਅਤੇ ਭੈਣ ਭਰਾ ਰਿਸ਼ਤੇਦਾਰ ਜਿਹਨੂੰ ਵੀ ਪਤਾ ਲੱਗਾ ਉਹ ਸਾਰੇ ਜਿਹੜੇ ਕਿ ਵਧਾਈ ਦੇਣ ਪਹੁੰਚੇ ਨੇ। ਇੱਕ ਚਾਚੀ ਜੀ ਵੀ ਆਏ ਨੇ, ਉਹਨਾਂ ਨੂੰ ਵੀ ਗੱਲਬਾਤ ਕਰਦੇ ਹਾਂ। ਚਾਚੀ ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਵੀ ਇਹਨੂੰ ਸਨਮਾਨਿਤ ਕੀਤਾ ਗਿਆ ਸੋਨੇ ਦੇ ਕੈਂਠੇ ਨਾਲ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇੰਨੇ ਸ਼ਬਦ ਹੀ ਨਹੀਂ ਬੋਲ ਸਕਦੀ ਕਿ ਜਿੰਨੇ ਮੇਰੇ ਬੱਚੇ ਨੇ ਨੇਕ ਕਮਾਈ ਕੀਤੀ ਆ ਅਤੇ ਲੋਕਾਂ ਨੇ ਸਨਮਾਨਿਤ ਕੀਤਾ। ਅਤੇ ਜਿੱਦਣ ਮੈਂ ਇਹ ਗੱਲ ਸੁਣੀ ਸੋਨੇ ਦੇ ਪਿੰਨ ਦੀ, ਅਤੇ ਮੈਂ ਆਪਣੇ ਪੁੱਤਰ ਨੂੰ ਜੱਫੀ ਪਾ ਕੇ, ਅਤੇ ਸ਼ੁਕਰ ਮੇਰੇ ਮਾਲਕ ਦਾ ਇੰਨੀ ਇਹਨਾਂ ਨੂੰ ਬੁੱਧ ਬਖਸ਼ੀ ਆ, ਅਤੇ ਇਸ ਤਰ੍ਹਾਂ ਹੀ ਗਾਂ ਬਖਸ਼ਦੇ ਰਹਿਣ ਅਤੇ ਚੜ੍ਹਦੀ ਕਲਾ ਹੋਵੇ। ਕਹਿੰਦੇ ਪਰਿਵਾਰ ਵਿੱਚ ਇੱਕ ਵਿਆਹ ਵਰਗਾ ਮਾਹੌਲ ਬਣਿਆ ਪਿਆ ਵਾ, ਰਿਸ਼ਤੇਦਾਰ ਭੈਣ ਭਰਾ ਪਹੁੰਚੇ ਨੇ, ਪੂਰੇ ਪਿੰਡ ਦੇ ਲੋਕ ਮਹਿਮਾ ਦੇ ਵਧਾਈਆਂ ਦੇਣ ਵਾਸਤੇ ਪਹੁੰਚੇ ਨੇ। ਬਿਲਕੁਲ, ਸਾਰਾ ਮਹੱਲੇ ਨੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਦੀ ਮਨਾਈ ਹੈ, ਵੀ ਸ਼ੁਕਰ ਹੈ ਸਾਡੇ ਪਿੰਡ ਦਾ ਨਾਂ ਉੱਚਾ ਹੋਇਆ ਹੈ, ਅਤੇ ਸ਼ਹੀਦਾਂ ਦਾ ਮਹਾਰਾਜ ਕਿਰਪਾ ਕਰੇ, ਚੜ੍ਹਦੀ ਸ਼ਹੀਦਾਂ ਦੇ ਸਿਰ 'ਤੇ ਹੀ ਇਹ ਸਾਰੇ ਕੰਮ ਚੱਲਣ ਡਿਆ ਹੈ। ਇਹ ਬਹੁਤ ਸੇਵਾ ਕਰਦੇ ਆ, ਬੱਚੇ ਬਹੁਤ ਲਾਇਕ ਆ, ਇੱਥੇ ਆਈ ਦਾ ਬਹੁਤ ਸਨਮਾਨਿਤ ਕਰਦੇ ਆ। ਇਹਨਾਂ ਦੀਆਂ ਘਰਦੀਆਂ ਬਹੁਤ ਹੀ ਬੀਬੀਆਂ ਕੁੜੀਆਂ ਆਈਆਂ ਚੰਗੇ ਕਰਦੀਆਂ, ਅਤੇ ਬਹੁਤ ਸਨਮਾਨਿਤ ਕਰਦੇ। ਕੀ ਕਹਿਣਾ ਚਾਹੋਗੇ ਜਿਹੜੇ ਸਾਡੇ ਪੰਜਾਬੀ ਵੀਰ ਵਿਦੇਸ਼ਾਂ ਵਿੱਚ ਗਏ ਨੇ, ਅਮਰੀਕਾ ਕੈਨੇਡਾ ਵਿੱਚ ਗਏ ਨੇ, ਉੱਥੋਂ ਮਿਹਨਤ ਕਰਦੇ ਨੇ, ਆਪਣਾ ਦਸਵੰਧ ਕੱਢਦੇ ਨੇ, ਫਿਰ ਜਾ ਕੇ ਗੁਰੂ ਦੇ ਵਜ਼ੀਰਾਂ ਦਾ ਜਾਂ ਇੰਨੇ ਭਾਈ ਸਾਹਿਬਾਂ ਜਿਹੜੇ ਸਾਡੇ ਹੈਗੇ ਨੇ ਇਹਨਾਂ ਦਾ ਮਾਣ ਸਤਿਕਾਰ ਕਰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੂੰਗੀ ਵੀ ਤੁਹਾਡੀ ਕਮਾਈ 'ਚ ਬਰਕਤਾਂ ਪਾਉਣ, ਇਸੇ ਤਰ੍ਹਾਂ ਤੁਸੀਂ ਨੇਕ ਕਮਾਈਆਂ ਕਰੋ ਅਤੇ ਚੰਗੇ ਥਾਂ 'ਤੇ ਲਾਓ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਚਾਚੀ ਜੀ ਨੂੰ ਪੂਰੀ ਖੁਸ਼ੀ ਆ, ਕਿਉਂਕਿ ਅੱਜ ਪੂਰੇ ਪਿੰਡ ਵਾਸਤੇ, ਪੂਰੇ ਨਗਰ ਵਾਸਤੇ ਜਿਹੜੀ ਖੁਸ਼ੀ ਦੀ ਲਹਿਰ ਆ, ਇਸ ਕਰਕੇ ਪੂਰਾ ਮਾਣ ਸਤਿਕਾਰ ਕੀਤਾ ਗਿਆ ਪਰਿਵਾਰ ਵੱਲੋਂ, ਪਿੰਡ ਵਾਸੀਆਂ ਵੱਲੋਂ, ਕਿਉਂਕਿ ਪਿੰਡ ਦਾ ਨਾਂ ਰੋਸ਼ਨ ਕੀਤਾ ਭਾਈ ਸੰਦੀਪ ਸਿੰਘ ਨੇ। ਸਾਡੀ ਵੀ ਪੂਰੀ ਵਧਾਈ ਆ ਭਾਈ ਸਾਹਿਬ ਨੂੰ, ਪਰਿਵਾਰ ਦੇ ਉਹਨਾਂ ਨੂੰ, ਕਿਉਂਕਿ ਬਹੁਤ ਵਧੀਆ ਕੰਮ ਕੀਤਾ ਵਾ, ਅਤੇ ਖਾਸ ਕਰਕੇ ਉਹਨਾਂ ਇਹਨਾਂ ਦਾ ਹੀ ਵੀਰਾਂ ਨੂੰ ਜਿਹੜੇ ਵੀ ਪੰਜਾਬ ਵਿੱਚੋਂ ਗਏ ਨੇ ਪਿੰਡ ਚੀਤੇ ਕਲਾਂ ਵਿੱਚੋਂ, ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੇ ਪੰਜਾਬ ਦਾ ਧਿਆਨ ਰੱਖਦੇ ਨੇ, ਆਪਣੀ ਪੰਜਾਬੀ ਦਾ ਧਿਆਨ ਰੱਖਦੇ ਨੇ, ਇਸ ਕਰਕੇ ਉਹਨਾਂ ਦਾ ਵੀ ਬਹੁਤ ਬਹੁਤ ਵਧਾਈ ਦੇ ਪਾਤਰ ਨੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ, ਸੈਂਟਰ ਪੰਜਾਬ ਟੀਵੀ ਲਈ, ਅੰਮ੍ਰਿਤਸਰ।